ਨਸ਼ਾ ਕਰਨ ਤੋਂ ਮਨ੍ਹਾ ਕਰਨ 'ਤੇ ਚਲਾਈਆਂ ਗੋਲੀਆਂ। ਪੰਜਾਬ ਸਰਕਾਰ ਇੱਕ ਪਾਸੇ ਨਸ਼ੇ ਦੇ ਖਾਤਮੇ ਦੇ ਦਾਅਵੇ ਕਰ ਰਹੀ ਹੈ, ਪਰ ਕੁਝ ਨਸ਼ਾ ਵੇਚਣ ਵਾਲੇ ਕਾਨੂੰਨ ਅਤੇ ਸਰਕਾਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਰਾਣੀਖੇੜਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਇੱਕ ਆਦਮੀ ਨੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਾ ਕਰਨ ਅਤੇ ਵੇਚਣ ਤੋਂ ਮਨ੍ਹਾ ਕੀਤਾ ਤਾਂ ਨੌਜਵਾਨਾਂ ਵੱਲੋਂ ਰਸਤਾ ਰੋਕ ਕੇ ਗੱਡੀ ਤੋੜ ਕੇ ਫਿਰ ਸਿੱਧੀਆਂ ਗੋਲੀਆਂ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ 'ਤੇ 3 ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਣਜੀਤ ਸਿੰਘ, ਇਹਨਾਂ ਦਾ ਲੜਾਈ ਝਗੜਾ ਚੱਲਣ ਡਿਆ ਪਹਿਲਾਂ ਹੀ, ਅਸੀਂ ਤਾਂ ਆਪਣੇ ਛੱਡਣ ਗਏ ਸਿਸਟਰ ਨੂੰ, ਉੱਥੇ ਰਣੀ ਕੀ ਪਿੰਡ ਉੱਥੇ ਵਿਆਹੀ ਆ, ਅਤੇ ਘਰ ਆ ਕੇ ਪਹਿਲਾਂ ਵੀ 20 ਮਿੰਟਾਂ ਨੇ ਆ ਕੇ ਬੜੇ ਲਟਕਾਰੇ ਲਕੂਰੇ ਮਾਰੇ, ਫੈਲ ਫੂਲ ਕੀਤੇ ਇਹਨਾਂ ਨੇ, ਅਤੇ ਮੁੜ ਕੇ ਫਿਰ ਉਹ ਚੌਂਕੀ ਦਰਖਾਸਤ ਦੇਣ ਗਏ ਆ। ਚੌਂਕੀ ਦਰਖਾਸਤ ਦੇ ਕੇ ਆਉਣ ਡਿਆ ਤਾਂ ਉਹਨਾਂ ਨੇ ਰਿਆਹ ਦੇ ਵਿੱਚ 10-15 ਮੁੰਡੇ ਇਕੱਠੇ ਕਰਕੇ ਗੱਡੀ ਡੱਕ ਕੇ ਅਤੇ ਉਹਨਾਂ ਦੇ ਕੁੱਟਮਾਰ ਕੀਤੀ ਚੰਗੀ ਉਹਨਾਂ ਦੀ। ਇਹ ਹੈਪੀ ਪਸਤੌਲ ਨਾ, ਬਾਕੀ ਉਹਨਾਂ ਕੋਲ ਦਾਤਰ ਬੈਸਬੋਲ ਸੀ, ਉਹਨਾਂ ਸਿੱਧੇ ਫੈਲ ਠੋਕੇ ਉਹਨਾਂ ਨੇ, ਇਹਦੇ ਛਡਾਉਣ ਚਲੇ ਭਾਰੀ ਗਾਂ, ਮੇਰੇ ਇੱਕ ਗੋਲੀ ਵੱਜੀ ਪੱਟ ਦੇ ਅਤੇ ਦੂਜੀ ਮੇਰੀ ਗੱਡੀ ਸਾਰੀ ਬਣਤੀ ਉੱਥੇ ਇਹਨਾਂ ਨੇ। ਅਸੀਂ ਤਾਂ ਛੱਡਣ ਗਏ ਆਪਣੀ ਭੈਣ ਨੂੰ ਰਿਸ਼ਤੇਦਾਰੀ ਕਰਕੇ, ਇਹ ਕਾਰੋਬਾਰ 2 ਨੰਬਰ ਦਾ ਕਰਦੇ, ਚਿੱਟਾ ਚੁੱਟੇ ਦਾ ਸਮੈਸ ਮੂਗ ਦਾ, ਅੱਗੇ ਵੀ ਚੱਲਦੇ ਉਹਨਾਂ ਦੇ ਪਰਚੇ ਪੁਰਚੇ, ਅੱਗੇ ਭੰਗੋੜੇ ਰਹਿੰਦੇ ਆ, ਅਸੀਂ ਇਨਸਾਫ ਚਾਹੁੰਦੇ ਹਾਂ ਆਪਣਾ। ਸਵਰਨ ਸਿੰਘ ਜੀ, ਮਾਮਲਾ ਇਹਨਾਂ ਦਾ ਇਹ ਨਸ਼ਾ ਵੇਚਦੇ ਆ, ਸਮੈਸ ਵੇਚਦੇ, ਅਸੀਂ ਬੰਦ ਕਰਨੀ ਚਾਹੁੰਦੇ ਹਾਂ, ਇੱਕ ਬੰਦ ਨਹੀਂ ਕਰਦੇ, ਇਸ ਕਰਕੇ ਅਸੀਂ ਗੱਲ ਪੈਂਦੇ ਹਰਿਆ। ਅੰਗਰੇਜ਼ ਸਿੰਘ ਆ, ਉਹਦਾ ਮੁੰਡਾ ਤਾਂ ਹਰਪ੍ਰੀਤ ਸਿੰਘ ਆ, ਇੱਕ ਦਾ ਲੋ ਆ, ਇਹ 3 ਪਿਓ ਬੰਦ ਵੇਚਦੇ ਆ, ਨਾਲ ਛੱਤੇ ਬੰਦੇ ਹੋਰ ਹੀ 10-12 ਲਈ ਫਿਰਦੇ ਨਾਲ। ਅੱਜ ਸਾਡੇ ਛੋਟੇ ਭਰਾ ਦੇ ਗੱਲ ਪੈ ਗਏ ਘਰੋਂ ਪਹਿਲਾਂ ਨਿਕਲਦਾ ਸਾਰੀ, ਉਹ ਗੱਲ ਪੈ ਤਾਂ ਅਸੀਂ ਥਾਣੇ ਦਰਖਾਸਤ ਦੇਣ ਚਲ ਗਏ ਹਾਂ, ਥਾਣੇ ਦਰਖਾਸਤ ਦੇਣ ਗਿਆ, ਜਦੋਂ ਤਾਂ ਅਸੀਂ ਐਸ ਕੇ ਨੂੰ ਆਉਂਦੇ ਪਹਿਲਾਂ ਮੁਨਸ਼ੀ ਦਰਖਾਸਤ ਨਹੀਂ ਸਾਡੀ, ਰੌਲਾ ਪਾਇਆ ਫਿਰ ਦਰਖਾਸਤ ਦੇਣ ਲੱਗਾ, ਫਿਰ ਅਸੀਂ ਬਾਹਰ SHO ਸਾਹਿਬ ਮਿਲੇ ਆ, ਅਸੀਂ ਕਿਹਾ ਵੀ ਆਓ, ਇਹ ਕਹਿੰਦੇ 2 ਮਿੰਟ ਬਹਿ ਜਾਓ ਚੱਲਦੇ ਹਾਂ, ਇਹਨੇ ਮੈਂ ਬੜਾ ਕਰਾਂਦਾ ਵੀ ਨਾਲ ਚੱਲੋ ਭਾਈ, ਉਹਨੇ ਕਿਰਪਾਨਾਂ ਗਲਾਸੀਆਂ ਲਿਖੇ ਬੰਦੇ ਖਲੋਤੇ ਨਾਲ ਚੱਲੋ, SHO ਸਾਹਿਬ ਨਾਲ ਹੀ ਤੁਰੇ ਮੇਰੇ, ਅਸੀਂ ਪਹਿਲਾਂ ਆ ਗਏ ਗੱਡੀ ਦੇ, ਸਾਡੀ ਗੱਡੀ ਰਾਹ ਨਾਲ ਘੇਰ ਗਏ, ਸਾਡੇ ਤੋਂ ਗੋਲੀਆਂ ਚਲਾਈਆਂ ਨੇ, ਮੇਰੇ ਬਾਪੂ ਆ ਦਰਸ਼ਨ ਸਿੰਘ, ਉਹਦੇ ਸਿਰ 'ਚ ਕਿਰਪਾਨ ਵੱਜੀ ਆ, ਹੈਪੀ ਨੇ ਗੋਲੀ ਚਲਾਈ ਆ, ਮੇਰੇ ਛੋਟੇ ਭਰਾ ਦਾ ਛੋਟੇ ਵੱਡੇ ਲੜਕੇ ਦਾ ਸਾਰਾ ਆ ਛੱਡਣ ਆਪਣੀ ਭੈਣ ਨੂੰ, ਇੱਥੇ ਉਹ ਭੱਜ ਗਿਆ ਵਾ, ਉਹਦੇ ਗੋਲੀ ਮਾਰੀ ਆ ਨਾ, ਛੋਟੇ ਭਰਾ ਨੂੰ ਸੱਟਾਂ ਮਾਰੀਆਂ, ਕੁੱਟਿਆ, ਛਿੱਕ ਦੇ ਪਾ ਕੇ ਮੂੰਹ ਦਾ ਮਾਰ ਕੁੱਟਿਆ ਵਾ। ਅੱਜ ਇੱਕ ਇਨਫੋਰਮੇਸ਼ਨ ਆਈ ਸੀ ਦੁਪਹਿਰੇ ਰਣੀਕੇ ਝਗੜੇ ਦੀ, ਮੈਂ ਗਿਆ ਸੀ ਉੱਥੇ ਮੌਕੇ 'ਤੇ, ਉੱਥੇ ਰਣਜੀਤ ਸਿੰਘ, ਪ੍ਰਿਤਪਾਲ ਸਿੰਘ, ਦਰਸ਼ਨ ਸਿੰਘ ਨਾਂ ਦੇ 3 ਵਿਅਕਤੀ ਜ਼ਖਮੀ ਹੋਏ ਆ, ਝਗੜਾ ਹੋਇਆ, ਉਹਨਾਂ ਨੂੰ ਜ਼ਖਮੀ ਕੀਤਾ ਹੈਪੀ ਅਤੇ ਗੁਰਲਾਲ ਨੇ, ਸਨ ਆਫ ਅੰਗਰੇਜ਼ ਸਿੰਘ, ਅਤੇ ਉਹਦੇ ਪਰਿਵਾਰ ਨੇ ਸਾਰੇ ਨੇ, ਆ ਗੁਆਂਢੀ ਨੇ, ਅਤੇ ਕਾਫੀ ਚੱਪਲਾਂ ਦੀ ਨਿੱਕੀ ਨਿੱਕੀ ਤਸਰਾ ਚੱਲਣੀ, ਗੋਲੀ ਤਾਂ ਇੱਕੋ ਬੰਦੇ ਨੂੰ, ਸਾਡੇ ਰਿਕਾਰਡ ਦੇ ਵਿੱਚ ਤਾਂ ਇੱਕੋ ਜਿਹੜਾ ਲੜਕੇ ਨੂੰ ਜੇ ਗੋਲੀ ਲੱਗੀ ਹੈ, ਰਣਜੀਤ ਜੀ, ਨਹੀਂ ਨਸ਼ੇ ਵੱਲੋਂ ਨਹੀਂ ਕੋਈ ਵੀ ਗੱਲ ਸਾਹਮਣੇ ਆਈ, ਇਹ ਝਗੜਾਲੂ ਕਿਸਮ ਦੇ ਜ਼ਰੂਰ ਆ, ਨਾ ਤਾਂ 2 ਮੁਕਦਮੇ ਅੱਗੇ ਦਰਜ ਆ, ਉਹ ਤਾਂ ਉਹਨਾਂ ਦੀ ਬੇਲ ਹੋਈ ਹੈ। ਨਹੀਂ ਨਹੀਂ ਉਹ ਜਿਹੜਾ ਹੈਪੀ ਆ ਉਹਦੇ ਵੱਲੋਂ ਵੀ ਇੱਕ ਮੁਕਦਮਾ 307 ਦਾ ਦਰਜ ਆ, ਅਤੇ ਉਹਦੇ ਖਿਲਾਫ 2 ਮੁਕਦਮੇ ਦਰਜ ਨੇ ਸ਼੍ਰੀਮਾਨ ਹਾਈਕੋਰਟ ਤੋਂ ਉਹਨਾਂ ਦੀ ਜਿਹੜੀ ਆ ਬੇਲ ਹੋਈ ਆ, ਇਹਦੇ ਸੰਬੰਧ ਵਿੱਚ ਅਸੀਂ ਕੇਸ ਦਰਜ ਕਰਕੇ ਤੁਹਾਨੂੰ ਸਾਰਿਆਂ ਦੀ ਗ੍ਰਿਫਤਾਰੀ ਕਰ ਲਈ, ਫਿਰ 307 ਲੱਗੂਗੀ, ਬਾਕੀ ਜੋ ਡਾਕਟਰ ਦੀ ਓਪੀਨੀਅਨ ਆਊਗੀ, ਕਿਉਂਕਿ ਬਲੱਡ ਇੰਜਰੀ ਆ ਉਹਦਾ 307 ਹੈ, ਬਾਕੀ ਜੋ ਜੋ ਸੈਕਸ਼ਨ ਲੱਗਣਗੀਆਂ ਆਈ ਪੀ ਸੀ ਦੇ ਮੁਤਾਬਕ ਖੁੱਲ੍ਹਾਂਗੇ।